ਮਾਰਨਿੰਗ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਮਾਈ ਨਿਊ ਵਲੋਗ। ਅਤੇ ਆਪਾਂ ਨਵਦੀਪ ਦੇ ਪਰਨਾ ਬੰਨਦੇ ਹਾਂ ਹੁਣ। ਚਾਹ ਮੇਰੀ ਆ ਚੁੱਕੀ ਹੈ ਅਤੇ ਹਰਮਨ ਵੀ ਰੈਡੀ ਹੈ। ਠੀਕ ਹੈ ਜੀ, ਨਵਦੀਪ ਦੇ ਆਪਾਂ ਤਕਰੀਬਨ ਆਪਾਂ ਪਰਨਾ ਬੰਨਣਾ ਤਾਂ ਉਹਦੀ ਸੈਟਿੰਗ ਕਰ ਰਹੇ ਹਾਂ। ਅਤੇ ਆਹ ਵੇਖੋ ਇਸ ਤਰ੍ਹਾਂ ਕਰਕੇ ਅਤੇ ਲੈ ਚੱਕ ਛੱਡ ਦੇ, ਹੁਣ ਨਹੀਂ ਜਾਂਦੀ ਕਿਤੇ ਵੀ। ਵੈਰੀ ਗੁੱਡ, ਹੁਣ ਆਪਾਂ ਬੰਨ ਲੈਂਦੇ ਹਾਂ ਪਰਨਾ। ਠੀਕ ਹੈ, ਨਵਦੀਪ ਦੀ ਅੱਜ ਤਬੀਅਤ ਖਰਾਬ ਹੋਈ ਪਈ ਹੈ, ਕੱਲ ਇੰਨੇ ਨਾ ਪੁੱਠਾ ਕੰਮ ਕੀਤਾ ਹੈ। ਲੱਸੀ ਵਿੱਚ ਚੀਨੀ ਮਿਲਾ ਕੇ ਪੀ ਲਈ, ਲੱਸੀ ਸੀ ਖੱਟੀ ਬਿਲਕੁਲ ਜਮਾ, ਤੇ ਗਲੇ ਵਿੱਚ ਹੋ ਗਏ, ਸਹੀ ਹੈ, ਗਲੇ ਪੈ ਗਏ, ਗਲੇ ਗਲੇ ਚਿਪਕ ਗਿਆ। ਤੈਨੂੰ ਕੀ ਕਵਾਂ, ਮੈਨੂੰ ਹੀ ਦੱਸ ਪਹਿਲਾਂ ਤਾਂ ਮੈਨੂੰ। ਹਾਂ ਮੈਨੂੰ ਕਿਉਂ, ਲਗਾਤਾਰ ਹੀ ਲੱਗੀ ਖੜੀਆਂ ਬਸ। ਫਿਰ ਤੂੰ ਤਾਂ ਇਹਨਾਂ ਦਾ ਪਰਨੇ ਬੰਨਣ ਦਾ ਸਟਾਈਲ ਦੇਖੋ, ਮੇਰਾ ਸਟਾਈਲ ਤਾਂ ਹੀ ਹੈ। ਉਹ ਕਿੱਥੇ ਖੜੀ ਹੈ, ਇਹ ਕਿੱਥੇ ਬੈਠੇ ਨੇ? ਨਹੀਂ ਮੈਂ, ਲਓ ਜੀ ਸਟਾਰਟ ਹੋ ਚੁੱਕੇ, ਗੁੰਮੀ ਗੁੰਮੀ ਕਰਦੇ ਪਏ ਨੇ। ਮੇਰਾ ਪਰਨਾ ਬੰਨਿਆ ਪਸੰਦ ਨਹੀਂ ਆਇਆ, ਹੁਣ ਹਰਮਨ ਨੂੰ ਕਿਹਾ, ਕਹਿੰਦੇ ਹਰਮਨ ਬੰਨੇ, ਉਹਦੀ ਮੰਮੀ ਲੱਗ ਗਈ ਰੌਲਾ ਪਾਉਣ, ਹਰਮਨ ਤੂੰ ਬੰਨ। ਮੈਂ ਚੱਲ ਹਰਮਨ ਨੂੰ ਬਣਾ ਲੈਂਦੇ ਹਾਂ, ਵੈਸੇ ਹਰਮਨ ਨੂੰ ਪ੍ਰੈਕਟਿਸ ਵੀ ਹੈ ਕੁਛ। ਮੈਂ ਕੀ ਸੁਣਾਉਣਾ ਮੈਂ ਤੁਹਾਨੂੰ, ਮੈਨੂੰ ਇਹ ਦੱਸੋ ਫਿਰ, ਕਹਿੰਦਾ ਸੁਣਾ ਦੇ ਤਾਂ ਮੈਨੂੰ ਨੇ, ਮੈਂ ਕੀ ਸੁਣਾਉਣਾ ਤੁਹਾਨੂੰ, ਨਹੀਂ ਸੁਣਾਉਂਦਾ ਕੀ ਆ ਮੈਂ ਤੁਹਾਨੂੰ, ਹੈ ਵੇਖੋ ਸਾਡਾ ਬੈਗ ਰੱਖਣ ਦਾ ਸਟਾਈਲ ਵੇਖੋ, ਇਸ ਤਰ੍ਹਾਂ ਕਰਕੇ ਟੰਗਿਆ ਹੋਇਆ ਹੈ। ਨਵਦੀਪ ਆਇਆ ਮੇਰੀ ਧੀ, ਤੈਨੂੰ ਅੱਜ ਹੋਇਆ ਕੀ? ਮੈਨੂੰ ਲੱਗਦਾ ਕਰਨੀ ਹੈ ਛੁੱਟੀ। ਤੇਰੇ ਨਾਲ ਲੜੀ ਹੈ, ਤੂੰ ਕੁਛ ਕਿਹਾ ਹੋਣਾ ਹਰਮਨ, ਤੂੰ ਕੁਛ ਕਿਹਾ? ਫਿਰ ਕੀ ਗੱਲ ਹੈ ਮੇਰੀ ਪੁੱਤਰੀ, ਇੱਧਰ ਵੇਖ, ਇੱਧਰ ਵੇਖ, ਘੁੰਮ ਇੱਧਰ, ਘੁੰਮਦਾ ਸੀ ਇੱਧਰ, ਗੱਲ ਤਾਂ ਸੁਣ, ਇੱਧਰ ਵੇਖ, ਬੈਗ ਤਾਂ ਫੜਾ ਦੇਣਾ ਮੈਨੂੰ, ਫੜਾ ਬੈਗ ਫੜਾ। ਹਰਮਨ ਨੇ ਪਰਨਾ ਬੰਨਤਾ ਨਵਦੀਪ ਨੂੰ ਵੀ। ਜਦੋਂ ਕੂੜਾ ਚੱਕਣ ਵਾਲੀ ਗੱਡੀ ਆਉਂਦੀ ਹੈ ਨਾ, ਤਾਂ ਘਰਾਂ ਦੇ ਵਿੱਚੋਂ ਐਂ ਛੁਰਲੀ ਤਰ੍ਹਾਂ ਭੱਜਦੇ ਨੇ ਸਾਰੇ, ਗੱਡੀ ਆ ਗਈ ਕੂੜੇ ਵਾਲੀ। ਆਵਾਜ਼ ਕਿੰਨੀ ਆਉਂਦੀ, ਚਲੋ ਬਈ ਚਲੋ, ਹੁਣ ਸਾਰੇ ਨਿਕਲਣਗੇ, ਸਾਰੇ ਸੱਟ ਜਾਣਗੇ, ਛੇਤੀ ਛੇਤੀ ਲਾ ਲਾ ਚੜੂ, ਤੇ ਫਿਰ ਆਪਾਂ ਪੈਨਸ਼ਨ ਲੈਣ ਚੱਲਣਾ ਖੇਤੀ ਕਰ। ਪਰਸੀ ਚੱਲੇ ਫਤਿਹਾਬਾਦ ਦਵਾਈ ਲੈਣ, ਪੈਨਸ਼ਨ ਅਸੀਂ ਲੈ ਲਈ, ਸਾਨੂੰ ਅਚਾਨਕ ਯਾਦ ਆਇਆ ਵੀ ਦਵਾਈ ਵੀ ਲੈ ਕੇ ਆਉਣੀ ਆ, ਜ਼ਰੂਰੀ ਹੈ ਦਵਾਈ ਲੈਣੀ, ਅਤੇ ਆਪਾਂ ਚੱਲਦੇ ਹਾਂ ਫਤਿਹਾਬਾਦ। ਇੱਧਰ ਨਹਿਰ ਹੈ, ਨਹਿਰ ਸੁੱਕੀ ਹੈ, ਨਹਿਰ ਦੇ ਵਿੱਚ ਗਾਂ ਹੈ ਕਿ ਹਾਂ ਬੈਲ ਹੈ, ਅੰਦਰ ਡਰਾਈਵਰ ਦਾ। ਚਲੋ ਚੱਲਦੇ ਹਾਂ ਆਪਾਂ ਫਤਿਹਾਬਾਦ। ਅਸੀਂ ਇੱਥੇ ਰੁਕ ਗਏ ਹੈਗੇ, ਮੇਰੀ ਲੱਤਾਂ ਭੀੜ ਆਉਣ ਲੱਗ ਗਈਆਂ, ਥੱਪੜ ਥੱਪੜ ਵੱਜ ਵੱਜ ਕੇ, ਇਹਦੇ ਸੋਹਣਾ ਹੋ ਰਿਹਾ ਹੈਗਾ, ਆਹ ਦੇਖੋ ਆਪਾਂ ਕਰ ਰਹੇ ਹਾਂ ਆਰਾਮ, ਥੱਕ ਕੇ ਆਉਂਦੇ ਹਾਂ, ਸਕੂਟੀ ਬੁੜਕਦੀ ਬਹੁਤ ਹੈ, ਰਸਤਾ ਖਰਾਬ ਹੈ ਪਿੱਛੇ ਜਾਵਾਂ। ਮਨਪ੍ਰੀਤ ਆ ਗਈ ਦਵਾਈ ਲੈ ਕੇ, ਮਿਲ ਗਈ ਦਵਾਈ, ਅੱਜ ਟਾਈਮ ਨਹੀਂ ਲੱਗਿਆ ਹੁਣ ਨਾ,
ਰਿਪੋਰਟ ਠੀਕ ਆ ਜੀ ਰਿਪੋਰਟ ਪਹਿਲਾਂ ਹੈਗਾ ਸੀ ਕੋਈ ਦਿੱਕਤ? ਅੱਛਾ ਅੱਛਾ ਉਸ ਦਿਨ ਜਿਹੜੀ ਰਿਪੋਰਟਾਂ ਕਰੀ ਸੀ ਅੱਜ ਮਿਲੀਆਂ ਨੇ ਉਹ ਠੀਕ ਹੈ ਅਤੇ ਇੱਕ ਉਦੋਂ ਤੱਕ ਕਹਿੰਦੇ ਕਿੰਨੇ ਦਿਨ ਦਵਾਈ ਹੁਣ ਕਿੰਨੇ ਦਿੱਤੀ ਹੈ ਹੁਣ 15 ਦਿਨਾਂ ਦੀ? ਚਲੋ ਆਰਾਮ ਆਵੇ ਅਸੀਂ ਫਤਿਹਾਬਾਦ ਆ ਗਏ ਸੀ ਅਤੇ ਹੁਣ ਚੱਲਦੇ ਹਾਂ ਜੀ ਘਰੇ। ਅਸੀਂ ਆ ਗਏ ਸੀ ਘਰੇ ਅਤੇ ਘਰੇ ਆ ਕੇ ਸੌਂ ਗਏ ਸੀ ਅਤੇ ਕੱਢੀ ਬੈਠੇ ਪੰਡ ਗੋਲੀਆਂ ਦੀ ਅੱਜ ਫਿਰ ਅੱਜ ਵੱਧ ਦਿੱਤੀਆਂ ਨੇ ਕੋਈ ਹੈਂ ਉਨੀ ਨੇ ਕਿੰਨੇ ਪੁੜੀਆਂ ਨੇ ਗਿਣੀ ਇੱਕ ਬਾਅਦ ਅੱਜ ਪੰਜ ਪੰਜ ਸੀ ਪਹਿਲਾਂ ਦੂਜੀ ਕਿਹੜੀ? ਅੱਛਾ ਚਲੋ ਠੀਕ ਆ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸਕੂਲੋਂ ਦੀ ਆ ਗਈ ਅਤੇ ਸਵੇਰੇ ਸੀ ਮੇਰਾ ਮੂਡ ਬਹੁਤ ਜ਼ਿਆਦਾ ਖਰਾਬ ਕਿਉਂਕਿ ਕੱਲ੍ਹ ਮੈਂ ਦੁਪਹਿਰੇ 'ਚ ਲੱਸੀ ਪੀ ਲਈ ਸੀ ਉਹ ਵੀ ਚੀਨੀ ਨਾਲ, ਮੈਨੂੰ ਇਹ ਵਧੀਆ ਲੱਗਦੀ ਨਹੀਂ ਇਸ ਕਰਕੇ ਪਹਿਲੇ ਪੀਂਦੇ ਰਹਿੰਦੇ, ਪਰ ਉਹ ਤਾਂ ਹੋਇਆ ਨਹੀਂ ਸੀ, ਪਹਿਲੇ ਵੀ ਮੈਨੂੰ ਜ਼ੁਕਾਮ ਲੱਗੀ ਹੋਈ ਸੀ ਫਿਰ ਹੀ ਪੀ ਲਈ ਮੈਂ, ਅਤੇ ਹੁਣ ਆਈ ਹਾਂ ਮੈਂ ਛੱਤ 'ਤੇ, ਮੈਨੂੰ ਥੋੜ੍ਹੇ ਜਿਹੇ ਪੌਦੇ 'ਚ ਪੱਥਰ ਮਿਲੇ ਸੀ ਉਹ ਕੱਢੇ ਮੈਂ ਧੋਤੇ, ਹੁਣ ਪਾ ਕੇ ਆਵਾਂਗੇ, ਆਹ ਦੇਖੋ ਕਲਰਫੁੱਲ ਹੈਗੇ ਨੇ, ਆਹ ਵਾਲੇ ਪੌਦਿਆਂ 'ਚ ਵਧੀਆ ਲੱਗਦੇ ਨੇ, ਜਿਹੜੇ ਬੂਹਾ ਨੇ ਦਿੱਤੇ ਸੀ ਨਾ ਉਹ ਵਾਲਾ ਹੀ ਹੈ ਜਿਹੜਾ ਬੂਹਾ ਨੇ ਦਿੱਤਾ ਸੀਗਾ ਪੌਦਾ, ਵੈਸੇ ਪੱਥਰ ਵੀ ਵਾਧੂ ਹੀ ਨੇ, ਗ੍ਰੀਨ ਬਲੂ ਔਰੇਂਜ ਆਹ ਕਲਰ ਕਲਰ ਹੈ, ਪਰਪਲ ਯੈਲੋ ਵਾਈਟ, ਚਲੋ ਪਾ ਕੇ ਆਉਂਦੇ ਹਾਂ ਪੌਦੇ। ਔਰ ਇਹ ਕੁਛ ਨਵਦੀਪ ਕੀ ਨਾਕਾਮ ਕੋਸ਼ਿਸ਼ ਹੈ, ਹਾਂ ਕਰ 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 ਚੱਲ 1 2 3 ਸਟਾਰ। ਔਰ ਇਹ ਪਹਿਲੀ ਨਾਕਾਮ ਕੋਸ਼ਿਸ਼, ਔਰ ਇਹ ਦੂਸਰੀ ਨਾਕਾਮ ਕੋਸ਼ਿਸ਼, ਔਰ ਅਭੀ ਇਹ ਤੀਸਰੀ ਆਉਣੇ ਵਾਲੀ। ਹੁਣ ਵਾਧੂ ਸਾਡੀ ਐਕਸਰਸਾਈਜ਼ ਹੋ ਗਈ, ਰੱਸੀ ਕੁੱਦਣਾ ਜਾਓਗੇ ਤਾਂ ਇਹਦਾ ਪਤਾ ਨਹੀਂ ਕਿਹੜੀ ਲੱਕੜ ਨਾਲ ਬੈਟ ਬੋਲ ਚੱਲਦਾ ਪਿਆ, ਇਹ ਕੀ ਕਰਦਾ ਪਿਆ, ਇਹਨੇ ਹੁਣੇ ਡੰਡਾ ਜਿਹਾ ਮੇਰੇ ਮਾਰਨਾ ਸੀਗਾ। ਹਾਂਜੀ ਹੁਣ ਆਪਾਂ ਚੱਲੇ ਹਾਂ ਥੱਲੇ, ਫਿਰ ਅਸੀਂ ਦੁਬਾਰਾ ਛੱਤੇ ਆਵਾਂਗੇ, ਕੋਈ ਨਹੀਂ ਵੀਰੇ ਨਾਲ ਖੇਲਣਾ, ਮੈਂ ਕਿੰਨੇ ਦਿਨ ਹੋਏ ਖੇਲੇ ਹੀ ਨਹੀਂ ਸੀ, ਮੇਰੇ ਤਾਂ ਅਸੀਂ ਖੇਲਦਾ ਹੀ ਨਹੀਂਗਾ। ਪਾਣੀ ਇਹਨਾਂ 'ਚੋਂ ਅੱਜ ਫਿਰ ਸੁੱਕ ਗਿਆ, ਇਹ ਪਾਣੀ ਜ਼ਿਆਦਾ ਪੀਣ ਲੱਗ ਗਏ ਨੇਗੇ, ਆ ਦੇਖੋ ਕਿਵੇਂ ਆਇਆ ਪਿਆ, ਸ਼ੈਤਾਨ ਹੋ ਗਏ ਨੇ ਇਹਨਾਂ ਨੂੰ, ਰੋਜ਼ ਪਾਣੀ ਪਾਇਆ ਕਰੋ ਸ਼ਾਮ ਸਵੇਰੇ, ਠੀਕ ਹੈ ਨਾ ਸਵੇਰੇ ਵੀ ਪਾਇਆ ਕਰੋ, ਸ਼ੈਤਾਨ ਵੀ ਹੋ ਗਏ ਨੇ ਤਾਂ ਵੱਡੇ ਵੀ ਹੋ ਗਏ ਨੇ, ਉਹਨਾਂ ਨੂੰ ਪਿਆਸ ਜ਼ਿਆਦਾ ਲੱਗਦੀ ਹੈ। ਕਿਹੜਾ ਇਹ ਆਸਤੇ ਆਸਤੇ ਆਉਣਗੇ ਬੇਟਾ, ਹੁਣ ਇਹਨੇ ਖਾਣ ਪੀਣਗੇ ਤਾਂ ਹੀ ਹੈ ਨਾ, ਆਏ ਥੋੜ੍ਹਾ ਮੋਟਾ, ਚਲੋ ਹੋ ਜਾਣਗੇ ਹੌਲੀ ਹੌਲੀ ਕਰਕੇ, ਹੈਂ ਇਹ ਦੁਬਾਰੇ ਆ ਜਾਣਗੇ ਤਾਂ ਐਵੇਂ ਹੁੰਦਾ ਰਹਿੰਦਾ ਹੁੰਦਾ। ਚਲੋ ਤੁਸੀਂ ਪਾਣੀ ਲਾਇਆ ਕਰੋ ਸ਼ਾਮ ਸਵੇਰੇ ਬਸ ਇਹਨਾਂ ਨੂੰ, ਠੀਕ ਹੈ। ਹਾਂਜੀ ਗਾਈਸ, ਮੈਂ ਗਿਆ ਸੀ ਘੁੰਮਣ ਵਾਸਤੇ ਦੋਸਤਾਂ ਕੋਲ ਅਤੇ ਮੈਨੂੰ ਫਿਰ ਕੰਮ ਪੈ ਗਿਆ ਘਰੇ, ਨਵਦੀਪ ਦੀ ਦਵਾਈ ਵੀ ਲੈਣੀ ਤਾਂ ਕਰੇ ਘਰੇ ਆ ਗਿਆ, ਅਤੇ ਆਉਂਦੇ ਨੂੰ ਬਣੇ ਪਿੰਨੇ ਦਾਲ ਚਾਵਲ ਛੱਕ ਲਓ ਆ ਜਾਓ ਅਤੇ ਦਾਲ ਚਾਵਲ ਖਾਂਦੇ ਹਾਂ ਜੀ। ਮੰਮੀ ਜੀ ਹੁਣ ਭਾਂਡੇ ਰੱਖਦੇ ਪਏ ਨੇ ਟੋਕਰੀਆਂ 'ਚ, ਹੁਣ ਕਿਵੇਂ ਆਰਾਮ ਹੈ ਤੁਹਾਨੂੰ? ਚਲੋ ਠੀਕ ਹੀ ਰਹੀ ਹੋ, ਬਿਮਾਰ ਨਾ ਹੋਇਓ, ਠੀਕ ਹੈ। ਡੈਡੀ ਜੀ ਸਕੂਟੀ ਤੇ ਬੈਠ ਕੇ ਖਾਂਦੇ ਪਿਓ, ਡੈਡੀ ਨੂੰ ਬਸ ਆਇਆ ਮੈਂ ਖਾ ਕੇ ਤਾਂ ਭੱਜ ਹੀ ਜਾਵਾਂ, ਹੈਨਾ ਜਾਣਾ ਤਾਂ ਹੈਗਾ। ਹਾਂਜੀ ਆਪਾਂ ਇਸ ਵਲੋਗ ਨੂੰ ਕਰਦੇ ਹਾਂ ਹੁਣ ਐਂਡ ਤੇ, ਵਲੋਗ ਕਰਦੇ ਹਾਂ ਐਡਿਟ, ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ, ਮਿਲਦੇ ਹਾਂ ਨੈਕਸਟ ਵਲੋਗ 'ਚ, ਬਾਏ।